ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵੈਦਰ نیوز YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਆਂ ਸੂਬੇ ਪੰਜਾਬ ਦੀਆਂ ਖਾਸ ਖਬਰਾਂ ਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲੀ ਖਬਰ ਹੈ ਪੰਜਾਬ ਦੇ ਮਾਨਸਾ ਜ਼ਿਲ੍ਹੇ ਚ ਸਭ ਤੋਂ ਵੱਧ ਤੇ ਅੰਮ੍ਰਿਤਸਰ ਚ ਸਭ ਤੋਂ ਘੱਟ ਵੋਟਿੰਗ ਹੋਈ ਹੈ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚ ਵਿਧਾਇਕਾਂ ਦੀ ਚੋਣ ਲਈ ਇੱਕ ਪੜਾਚ ਵੋਟਾਂ ਪਈਆਂ ਤੇ 70% ਤੋਂ ਜਿਹੜੀ ਹੈ ਵੋਟਿੰਗ ਦਰਜ ਕੀਤੀ ਗਈ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਸਭ ਤੋਂ ਜ਼ਿਆਦਾ 81.13% ਸਭ ਤੋਂ ਘੱਟ ਅਮ੍ਰਿਤਸਰ ਦੇ ਵਿੱਚ 62.68% ਦੀ VOTING ਹੋਈ ਹੈ ਸਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਲਾਈਨਾਂ ਤੋਂ ਲੱਗਣ ਸ਼ੁਰੂ ਹੋ ਗਏ ਚੋਣ ਕਮਿਸ਼ਨ ਵੱਲੋਂ ਵੋਟਾਂ ਦੇ ਕੰਮ ਨੂੰ ਅਮਨ-ਏਮਾਨ ਨਾਲ ਨੇਪਰੇ ਚਾੜਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੂਬੇ 'ਚ ਸਵਾਰ ਕੁੱਲ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ ਜਿਨ੍ਹਾਂ 'ਚ 1 ਕਰੋੜ 12 ਲੱਖ 98 ਹਜ਼ਾਰ ਪੁਰਸ਼ ਤੇ 1 ਕਰੋੜ ਤੇ ਤੁਹਾਨੂੰ ਦੱਸ ਦਈਏ ਕਿ 2 ਲੱਖ ਔਰਤਾਂ ਤੇ 727 트랜스젠ਡਰ ਹਨ। ਅੰਮ੍ਰਿਤਸਰ ਦੇ ਵਿੱਚ 64.6% ਦੀ ਬਰਨਾਲਾ 'ਚ 66% ਦੀ ਬਠਿੰਡਾ 'ਚ 76.2% ਦੀ ਫਰੀਦਕੋਟ 'ਚ 74.60% ਦੀ ਫਤਿਹਗੜ੍ਹ ਸਾਹਿਬ 'ਚ 67.56% ਦੀ ਫਾਜ਼ਿਲਕਾ 'ਚ 75.99% ਦੀ ਫਰੋਹੀਪੁਰ 'ਚ 76.3% ਦੀ ਗੁਰਦਾਸਪੁਰ 'ਚ 70% ਦੀ ਹੁਸ਼ਿਆਰਪੁਰ 'ਚ 65% ਦੀ ਜਲੰਧਰ 'ਚ 65% ਦੀ ਕਪੂਰਥਲਾ ਚ 65.7% ਦੀ ਲੁਧਿਆਣਾ ਚ 65.63% ਦੀ ਮਾਨਸਾ ਚ 81.13% ਦੀ ਮੋਗਾ ਚ 68.2% ਦੀ ਮਲੇਰਕੋਟਲਾ ਚ 72.84% ਦੀ ਪਠਾਨਕੋਟ ਚ 71.8% ਦੀ ਪਟਿਆਲਾ ਚ 72.6% ਦੀ ਰੂਪਨਗਰ ਚ 72.9% ਦੀ ਸ਼ਹਿਬਜ਼ਾਦਾਜੀਤ ਸਿੰਘ ਨਗਰ ਚ 60.7% ਦੀ ਸੰਗਰੂਰ ਚ 74.3% ਦੀ ਸ਼ਹਿਬਜ਼ਾਦਾ ਭਗਤ ਸਿੰਘ ਨਗਰ ਦੇ ਵਿੱਚ 70% ਦੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ 78% ਤੇ ਤਰਨਤਾਰਨ ਦੇ ਵਿੱਚ 67.5% ਜਿਹੜੀ ਹੈ ਪੰਜਾਬ ਦੇ ਵਿੱਚ VOTING ਦਰਜ ਕੀਤੀ ਗਈ ਹੈ। ਅਗਲੀ ਖਬਰ ਸੀਐਮ ਚੰਨੀ ਦਾ ਦਾਵਾ ਹੈ ਕਿ ਕਾਂਗਰਸ ਦੂ ਤਿਹਾਈ ਬਹੁਮਤ ਨਾਲ ਇੱਕ ਵਾਰ ਫਿਰ ਬਣਾਵੇਗੀ ਆਪਣੀ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਾਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਦੂ ਤਿਹਾਈ ਬਹੁਮਤ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਸਰਕਾਰ ਬਣਾਏਗੀ। ਚੰਨੀ ਨੇ ਇਹ ਵੀ ਕਿਹਾ ਕਿ ਲੋਕ ਵੱਡੀ ਗਿਣਤੀ 'ਚ ਕਾਂਗਰਸ ਦਾ ਸਮਰਥਨ ਕਰ ਰਿਹਾ ਹੈ। ਇਹਨਾਂ ਉਹਨਾਂ ਕਹਿ ਕੇ ਵੋਟਰਾਂ ਵਿੱਚ ਪਾਰਟੀ ਪ੍ਰਤੀ ਭਾਰੀ ਸਮਰਥਨ ਹੈ ਮੁੱਖ ਮੰਤਰੀ ਚਮਕੌਰ ਸਾਹਿਬ ਅਤੇ ਭਦੋੜ ਹਲਕਿਆਂ ਤੋਂ ਚੋਣ ਲੜ ਰਹੇ ਹਨ ਉਹ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਹਨ ਇਸ ਤੋਂ ਪਹਿਲਾਂ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਾਰਤੋਂ ਕਰਨ ਤੇ ਵੋਟ ਪਾਉਣ ਦੀ ਜਿਹੜੀ ਹੈ ਅਪੀਲ ਕੀਤੀ ਅਗਲੀ ਖਬਰ ਹੈ ਕਿ ਲੋੜਪੈਣ ਤੇ ਕਾਲੀਦਲ ਭਾਈਪਨ ਨਾਲ ਗੱਠ ਜੋੜ ਕਰੇਗਾ ਖਾਸੌਰ ਤੇ ਵੱਡੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਅਕਾਲੀ ਭੋਜਨ ਸਮਾਜ ਪਾਰਟੀ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਪਾਰਟੀ ਸੂਬੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਦਾ ਫੈਸਲਾ ਕਰੇਗੀ ਮੀਡੀਆ ਰਿਪੋਰਟ ਮੁਤਾਬਕ ਬਿਕਰਮ ਮਜੀਠੀ ਨੇ ਕਿਹਾ ਕਿ ਮੇਰੀ ਲੜਾਈ ਪੰਜਾਬ ਦੇ ਲੋਕਾਂ ਲਈ ਹੈ ਅੰਮ੍ਰਿਤਸਰ ਪੂਰਬੀ ਨੂੰ ਵਿਕਾਸ ਦੀ ਲੋੜ ਹੈ ਇੱਥੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਭਲਾਈ ਸਕੀਮਾਂ ਨਹੀਂ ਮਿਲਦੀਆਂ ਇਹ ਸਭ ਤੋਂ ਪਛੜਿਆ ਹੋਇਆ ਹੈ ਸੱਚ ਦੀ ਜਿੱਤ ਹੋਵੇਗੀ ਉਹਨਾਂ ਕਹਿ ਗਏ ਸੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਈਪਾ ਨਾਲ ਗੱਠ ਜੋੜਦਾ ਫੈਸਲਾ ਕਰਾਂਗੇ। ਅਗਲੀ ਖਬਰ ਪੰਜਾਬ ਦੇ ਇੱਕ ਅਜੇਹਾ ਪਿੰਡ ਜੋ ਚੋਣਾਂ 'ਚ ਭਾਈਚਾਰਕ ਸਾਂਝ ਦੀ ਮਿਸਾਲ ਬਣਿਆ। ਪਿੰਡ ਵਾਸੀਆਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨਹੀਂ ਲਾਇਆ ਬੂਥ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਥੇ ਨੇਕਾਂ ਥਾਵਾਂ ਤੇ ਵੋਟਾਂ ਨੂੰ ਲੈ ਕੇ ਮਾਰ ਤਾੜੇ ਲੜਾਈ ਝਗੜੀਆਂ ਘਟਨਾਵਾਂ ਵਾਪਰੀਆਂ। ਅਜੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਜਗਰਾਉਂ ਦੇ ਪੜੇ ਲਿਖੇ ਪਿੰਡ ਸਿੰਧਵਾ ਪੁਰਦੇ ਦੇ 1300 ਵੋਟਰਾਂ ਨੇ ਰਾਜਨੀਤੀ ਨੂੰ ਦਰਕਰਨ ਕਰਦਿਆਂ ਭਾਈ ਚਾਰਕ ਸਾਂਝ ਨਾਲ ਇੱਕ ਅਨੋਖੀ ਮਿਸਾਲ ਕਾਇਮ ਕੀਤੀ। ਚੋਣਾਂ ਤੋਂ ਪਹਿਲਾਂ ਇਸ ਪਿੰਡ ਦੇ ਸਮੂਹ ਵੋਟਰਾਂ ਨੇ ਇੱਕ ਛਾਤੇ ਹੇਠ ਇਕੱਠੇ ਹੁੰਦਿਆਂ ਫੈਸਲਾ ਕੀਤਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਨਾਲ ਕਿਉਂ ਨਾ ਜੁੜਿਆ ਹੋਵੇ ਉਸ ਰਾਜਨੀਤਿਕ ਪਾਰਟੀ ਨੂੰ ਪਹਿਲ ਦੇਣ ਦੀ ਥਾਂ ਭਾਈ ਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪਿੰਡ ਨਾਲ ਖੜੇਗਾ। ਇਸੇ ਸਮੂਹ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਵੋਟਾਂ ਵਾਲੇ ਦਿਨ ਭਾਵ 2 ਫਰਵਰੀ ਦਿਨ ਐਤਵਾਰ ਨੂੰ ਜਿੱਥੇ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਗਾਏਗਾ ਉੱਥੇ ਪੂਰੇ ਚੋਣ ਪ੍ਰਚਾਰ ਦੌਰਾਨ ਪਿੰਡ ਵਿੱਚ ਨਾ ਹੀ ਕੋਈ ਰਾਜਨੀਤਿਕ ਪਾਰਟੀ ਦਾ ਝੰਡਾ ਤੇ ਨਾ ਹੀ ਚੋਣ ਸਮੱਗਰੀ ਲਗਾਈ ਜਾਵੇਗੀ। ਅਗਲੀ ਖਬਰ ਦੀ ਗੱਲ ਕਰਦੇ ਹਾਂ ਮਲੇਰਕੋਟਲਾ ਵਿਖੇ ਵੱਖ-ਵੱਖ ਪੂਲਿੰਗ ਸਟੇਸ਼ਨਾਂ ਦਾ ਦੌਰਾ ਕਰਨ ਸਮੇਂ ਸਾਬਕਾ ਡੀਜੀਪੀ ਮੁਸਤਫਾ ਨੂੰ ਵਿਖਾਏਗੇ ਝਾੜੂ। ਖਾਸ ਤੌਰ ਤੇ ਪੂਲਿੰਗ ਦੌਰਾਨ ਵੱਖ-ਵੱਖ ਪੂਲਿੰਗ ਸਟੇਸ਼ਨਾਂ ਦਾ ਦੌਰਾ ਕਰਨ ਸਮੇਂ ਮਲੇਰਕੋਟਲਾ ਵਿੱਚ ਝਾੜੂ ਵਾਲਿਆਂ ਨੂੰ ਕਾਰ ਅੰਦਰ ਘੁਸ ਕੇ ਮਾਰਨ ਦਾ ਦਾਵਾ ਕਰਨ ਵਾਲੀ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੂ ਸਿੱਧੂ ਦੇ ਮੁਖ ਰਣਨੀਤੀਕਾਰ ਅਤੇ ਕਾਂਗਰਸ ਦੇ ਕੈਬਨਟ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਡੀਜੀਪੀ ਮੁਹੰਮਦ ਮੁਸਤਾਫਾ ਮਲੇਰ ਕੋਟਲਾ ਵਿੱਚ ਲੋਕਾਂ ਵੱਲੋਂ ਝਾੜੂ ਦਿਖਾਏ ਗਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਬੁੱਧੀਜੀਵੀ ਲੋਕਾਂ ਵੱਲੋਂ ਜਿਹੀਆਂ ਕਾਰਵਾਈਆਂ ਦੀ ਬੁਰਜ਼ੋਰ ਨਿੰਦਾ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਜਿਹੀਆਂ ਹਰਕਤਾਂ ਸ਼ਹਿਰ ਦਾ ਮਾਹੌਲ ਖਰਾਬ ਕਰ ਸਕਦੀਆਂ ਜਿਸ ਲਈ ਸ਼ਹਿਰ ਨਿਵਾਸੀਆਂ ਤੇ ਵੱਖ-ਵੱਖ ਪਾਰਟੀਆਂ ਦੇ ਸਪੋਰਟਰਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਪ੍ਰੇਜ਼ ਕਰਨਾ ਚਾਹੀਦਾ ਹੈ। ਅਗਲੀ ਖਬਰ ਭਗਵੰਤ ਮਾਨ ਦੀ ਮਾਂ ਨੇ ਕਿਹਾ ਅਸੀਂ ਤਾਂ ਖੇਤੀ ਵਾਲੇ ਬੰਦੇ ਹਾਂ ਸਾਡੇ ਚ ਤਾਂ ਕਦੇ ਕੋਈ ਸਰਪੰਚ ਨਹੀਂ ਬਣਿਆ ਸੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਮਾਂ ਨੇ ਆਖਿਆ ਕਿ ਉਸ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਉਹਨਾਂ ਨੇ ਆਖਿਆ ਕਿ ਸਾਰੇ ਲੋਕ ਇਹੀ ਆਖ ਰਹੇ ਹਨ ਉਸ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਉਹਨਾਂ ਆਖਿਆ ਕਿ ਉਹਨਾਂ ਵਿੱਚੋਂ ਤਾਂ ਕਦੇ ਕੋਈ ਸਰਪੰਚ ਵੀ ਨਹੀਂ ਸੀ ਬਣਿਆ ਉਹਨਾਂ ਨੇ ਨਾ ਕਦੇ ਐਮਪੀ ਤੇ ਨਾ ਕਲਾਕਾਰ ਬਣਨ ਬਾਰੇ ਸੋਚਿਆ ਸੀ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਦਾਦੇ ਪੜਦਾਦੇ ਸਿੱਧੇ ਸਾਦੇ ਬੰਦੇ ਸੀ ਅਸੀਂ ਤਾਂ ਖੇਤੀ ਵਾਲੇ ਬੰਦੇ ਆ ਉਹਨਾਂ ਵਿੱਚੋਂ ਨਾ ਕਦੇ ਕੋਈ ਐਮਪੀ ਬਣਿਆ ਸੀ ਤੇ ਨਾ ਹੀ ਸਰਪੰਚ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਜਾ ਰਿਹਾ ਹੈ ਅਗਲੀ ਖਬਰ ਭਾਰਤ ਪਾਕਿਸਤਾਨ ਸਰਹੱਦ ਤੇ ਕਰੋੜਾਂ ਦੀ ਹਿਰੋਇਨ ਬਰਾਮਦ ਕੀਤੀ ਗਈ ਹੈ ਭਾਰਤ ਪਾਕਿਸਤਾਨ ਸਰੱਦ ਤੇ ਅਬੂਰ ਤੋਂ ਖਬਰ ਹੈ ਬੀਐਸਐਫ ਨੇ ਕਰੋੜਾਂ ਦੀ ਹਿਰੋਇਨ ਬਰਾਮਦ ਕੀਤੀ ਅਬੂਰ ਸੈਕਟਰ ਚ ਬਰਾਮਦ ਹੋਈ ਸੀ ਸਰੱਦ ਤੇ ਹਰਕਤ ਨੂੰ ਵੇਖਦੇ ਹੋ ਬੀਐਸਐਫ ਫੌਜੀ ਨੇ ਫਾਇਰਿੰਗ ਕੀਤੀ ਪਾਕਿਸਤਾਨ ਦੇ ਨਸ਼ਾ ਤਸਕਰ ਭੱਜਣ ਦੇ ਕਾਮਯਾਬ ਹੋਏ ਜਦਕਿ ਤਲਾਸ਼ੀ ਮੁਹੰਮਦ ਦੌਰਾਨ 3 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਗਲੀ ਖਬਰ ਚਾਰਾ ਕਪੜਾ ਮਾਮਲੇ 'ਚ ਲਾਲੂ ਯਾਦਵ ਨੂੰ 5 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਬਹੁਤ ਚਰਚੇਤ ਚਾਰਾ ਕਪੜਾ ਦੇ ਸਭ ਤੋਂ ਵੱਡੇ ਮਾਮਲੇ 'ਚ RC 47/96 'ਚ ਸੋਮਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ CBI ਦੀ ਵਿਸ਼ੇਸ਼ ਅਦਾਲਤ ਨੇ ਰਾਸ਼ਟਰੀ ਜਨਤਾ 당 RJD RJD ਸੁਪਰੀਮੋ ਲਾਲੂ ਪਰਛਾਈ ਯਾਦਵ ਨੂੰ 5 ਸਾਲ ਦੀ ਸਜ਼ਾ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ ਰਾਜੀਤ ਸਹਿਤ ਸੀਬੀਆਈ ਤੇ ਵਿਸ਼ੇਸ਼ ਜੱਜ ਐਸਕੇ ਸ਼ਸ਼ੀ ਦੀ ਅਦਾਲਤ ਨੇ ਸੋਮਵਾਰ ਨੂੰ ਲਾਲੂ ਸਮੇਤ ਹੋਰ ਦੋਸ਼ੀਆਂ ਤੇ ਸਜ਼ਾ ਦੇ ਬਿੰਦੂ ਤੇ ਸੁਣਵਾਈ ਕਰਦੇ ਹੋਏ ਇਹ ਸਜ਼ਾ ਸੁਣਾਈ ਹੈ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਅਗਲੀ ਖਬਰ ਹੈ 10 ਮਾਰਚ ਮਗਰੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ ਪੰਜਾਬ ਸਣੇ ਪੰਜ ਰਾਜਾਂ ਵਿੱਚ ਜਾਰੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮੰਗਾਈ ਨੂੰ ਲੈ ਕੇ ਵੱਡਾ ਝਟਕਾ ਲੱਗ ਸਕਦਾ ਹੈ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਂਦੇ ਹਨ ਜਿਸ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਸਕਦਾ ਹੈ ਕਿ ਆਸ ਲਗਾਈ ਜਾ ਰਹੀ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਗਲੀ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲ ਮੁਖੀਆਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹੈ ਤੋਂ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ ਨਾਲ ਸੰਬੰਧਿਤ ਲਿਖਤੀ ਵਿਸ਼ਵਾਰ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ਉਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ 'ਚ 3 ਮਾਰਚ 2022 ਤੱਕ ਵਾਧਾ ਕੀਤਾ ਹੈ। ਸਿੱਖਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 2.4 ਸੂਤਰੀ ਪੱਤਰ 'ਚ ਬੋਰਡ ਵੱਲੋਂ ਜਾਰੀ ਪੁਰਾਣੇ ਪੱਤਰ ਦੀ ਵੀਰਵੇ ਦਰਜ ਕੀਤੇ ਗਏ ਆ। ਕਿਆ ਗਿਆ ਹੈ ਕਿ 15 ਫਰਵਰੀ 2022 ਨੂੰ ਜਾਰੀ ਵਿਸ਼ਾ ਅੰਕਿਤ ਸਰਕਾਰੀ ਅਰਧ ਸਰਕਾਰੀ ਅਫੀਲੀਏਟਡ ਤੇ ਐਸੋਸੀਏਟਡ ਸਕੂਲਾਂ ਨਾਲ ਸੰਬੰਧਿਤ ਅਕਾਦਮਿਕ ਸਾਲ 2021-22 ਦੇ ਉਪਰੋਕਤ ਵਿਦਿਆਰਥੀ ਦੇ ਅੰਕ ਪੋਰਟਲ ਉਤੇ ਅਪਲੋਡ ਕਰਨ ਵਾਸਤੇ 16 ਫਰਵਰੀ ਤੋਂ 25 ਫਰਵਰੀ ਤੱਕ ਦਾ ਸਮਾਂ ਮੰਗਿਆ ਗਿਆ ਹੈ। ਅਗਲੀ ਖਬਰ ਜਾਖੜ ਦੇ ਵਿਰੋਧੀ ਦੇ ਰਾਤੇ ਗੰਬੀਰ ਦੂਸ਼ ਬੂਰ ਚ ਮੋਦੀ ਕੇਜਰੀਵਾਲ ਤੇ ਬਾਦਲ ਨੇ ਆਪਸ ਚ ਮਿਲਾਈ ਸੰ ਹੱਥ ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਉੱਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੇ ਅਗੋਰ ਵਿੱਚ ਉਹਨਾਂ ਦੇ ਭਤੀਜੇ ਸੰਦੀਪ ਜਾਖੜ ਜੋ ਕਿ ਕਾਂਗਰਸ ਉਮੀਦਵਾਰ ਹਨ ਖਿਲਾਫ ਆਪਸ ਵਿੱਚ ਅਖੀਰ ਵਿੱਚ ਹੱਥ ਮਿਲਾ ਲਏ ਸਨ ਅਤੇ ਇਹ ਗੱਲ ਜਨਤਾ ਦੇ ਸਾਹਮਣੇ ਉਜਾਗਰ ਹੋ ਗਈ। ਜਾਖੜ ਨੇ ਕਿਹਾ ਕਿ ਜੇ ਇਹ ਲੱਗਦਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਦਾ ਫਿਕਰ ਮੰਨਦਾ ਹੈ ਕਿ ਅਬੂਰ ਦੀ ਜਨਤਾ ਆਪਣਾ ਇੱਕ ਵਾਸੜ ਫੈਸਲਾ ਸੰਦੀਪ ਦੇ ਹੱਕ ਵਿੱਚ ਦੇਣ ਜਾ ਰਹੀ ਹੈ। ਉਹਨਾਂ ਨੇ ਇਹਨਾਂ ਵੰਡ ਅਤੇ ਫੁੱਟ ਪਾਉ ਵਾਲੀ ਸ਼ਕਤੀਆਂ ਵੱਲੋਂ ਆਪਸ ਵਿੱਚ ਹੱਥ ਮਿਲਾਉਣ ਦੇ ਬਾਵਜੂਦ ਕਿਹਾ ਕਿ ਸੱਚਾਈ ਆਖਰ ਚਹੇ ਸਾਹਮਣੇ ਆਏਗੀ ਤੇ ਅਬੂਰ ਹੀ ਜਿੱਤੇਗਾ। ਜਾਖੜ ਨੇ ਬੋਰ ਵਿੱਚ ਵੋਟ ਪਾਉਣ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਲੋਕਤੰਤਰ ਦਾ ਮੋਦੀ, ਕੇਜਰੀਵਾਲ ਤੇ ਬਾਦਲ ਨੇ ਮਜ਼ਾਕ ਡਾਇਆ ਤੇ ਉਹਨਾਂ ਜਿਸ ਤਰ੍ਹਾਂ ਸੰਦੀਪ ਖਿਲਾਫ ਹੱਥ ਮਲਾਏ ਉਸ ਨੂੰ ਜਨਤਾ ਨੇ ਪਸੰਦ ਨਹੀਂ ਕੀਤਾ। ਜਾਕੜ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਹਰ ਪਾਸਿਓਂ ਮਿਲਟਰੀਆਂ ਰਿਪੋਰਟਾਂ ਦੇ ਮੁਤਾਬਕ ਕਾਂਗਰਸ ਸੱਤਾ ਦੇ ਵਿੱਚ ਵਾਪਸ ਆਵੇਗੀ। ਅਗਲੀ ਖਬਰ ਹੈ ਸਰਕਾਰ ਨੇ ਪੀਐਮ ਯੋਜਨਾ 'ਚ ਵੱਡੇ ਬਦਲਾਅ ਕੀਤੇ ਹੈ, ਦੋ ਬਦਲਾਅ ਕੀਤੇ ਗਏ ਜਿਹੜਾ ਦੋ-ਦੋ ਹਜ਼ਾਰ ਰੁਪਏ ਕਿਸਾਨਾਂ ਨੂੰ ਆਉਂਦਾ ਹੈ। ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਦੇਸ਼ ਦੇ 1 ਕਰੋੜ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਟਰਾਂਸਫਰ ਕਰਦੀ ਹੈ। 90 ਸਾਲ ਉਤੇ ਪ੍ਰਧਾਨ ਮੰਤਰੀ ਕਿਸਾਨ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 10ਵੀਂ ਕਿਸ਼ਤ ਦੇ 2000 ਰੁਪਏ ਟਰਾਂਸਫਰ ਕੀਤੇ ਬਹੁਤ ਜਲਦ ਸਰਕਾਰ ਕਿਸਾਨਾਂ ਨੂੰ 11ਵੀਂ ਕਿਸ਼ਤ ਦਾ ਤੋਹਫਾ ਦੇਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦੋ ਵੱਡੇ ਬਦਲਾਅ ਕੀਤੇ ਗਏ ਹੈ ਕੋਈ ਦਿਨ ਪਹਿਲਾਂ ਲਾਪਤਰੀਆਂ ਲਈ ਈ ਕੇ ਵਾਈ ਸੀ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੁਣ ਸਟੇਟ ਚੈੱਕ ਕਰਨ ਦਾ ਤਰੀਕਾ ਵੀ ਬਦਲ ਗਿਆ ਹੈ ਈ ਕੇ ਵਾਈ ਸੀ ਤੋਂ ਬਿਨਾ ਪੈਸਾ ਨਹੀਂ ਮਿਲੇਗਾ ਈ ਕੇ ਵਾਈ ਸੀ ਦੀ ਪ੍ਰਕਿਰਿਆ ਕਰਾਉਣੀ ਖਾਸ ਤੌਰ ਤੇ ਜ਼ਰੂਰੀ ਹੋਵੇਗੀ ਅਗਲੀ ਖਬਰ ਪੰਜਾਬ ਚੋਣਾਂ ਵਿੱਚ ਸਾਡੇ ਗੱਟ ਜੋੜ ਨੇ ਚੰਗੀ ਲੜਾਈ ਲੜੀ ਹੈ ਸਰਦੀ ਸੁਰੱਖਿਆ ਵੱਡਾ ਮੁੱਦਾ ਹੈ ਅਮਿਤ ਸ਼ਾ ਦਾ ਬਿਆਨ ਆਇਆ ਹੈ ਖਾਸ ਤੌਰ ਤੇ ਪੰਜਾਬ ਦੀ 117 ਵਿਧਾਨ ਸਭਾ ਸੀਟਾਂ ਉੱਤੇ ਵੋਟਾਂ ਦਾ ਅਮਲ ਸਿਰੇ ਚੜ ਗਿਆ ਉਹ ਨਤੀਜਿਆਂ ਦੀਆਂ ਕਿਆਸਰਾਈਆਂ ਦਾ ਦੌਰ ਹੈ ਭਰਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਨੇ ਤਾਂ ਅਮਿਸ਼ਿਆ ਅਜੇ ਹਾ ਕੋਈ ਕਿਆਸ ਨਹੀਂ ਲਗਾਉਣਾ ਚਾਹੁੰਦੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਚੰਗੀ ਲੜਾਈ ਲੜੀ ਹੈ ਜਿੱਥੋਂ ਤੱਕ ਨਤੀਜੇ ਦਾ ਸਵਾਲ ਹੈ ਸਾਰੇ ਇਸ ਬਾਰੇ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ। ਅਮਿਤ ਸ਼ਾਹ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਉੱਤਰਕੰਡ ਯੂਪੀ ਚੋਣਾ ਤੋਂ ਲੈ ਕੇ ਹਿਜਾਬ ਵਿਵਾਦ ਤੱਕ ਦੇ ਸਾਰੇ ਮੁੱਦਿਆਂ ਤੇ ਵਿਸਤਾਰ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਅੱਗੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ ਚੰਗੀ ਲੜਾਈ ਲੜੀ ਹੈ। ਅਗਲੀ ਖਬਰ ਪੰਜਾਬ ਚ ਉਹਨਾਂ ਦੇ ਵਿੱਚ 70% ਵੋਟਾਂ ਪਈਆਂ ਹਨ। ਮਾਲਵਾ ਸਭ ਤੋਂ ਅੱਗੇ ਰਿਹਾ ਹੈ। ਐਤਵਾਰ ਦੀ ਰਾਤ ਤੇ ਜਿਹੜੇ ਐ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 70% ਤੋਂ ਵੱਧ ਪੰਜਾਬ ਦੇ ਵਿੱਚ ਵੋਟਾਂ ਦਰਜ ਕੀਤੀਆਂ ਗਈਆਂ ਜਿਸ ਦੇ ਵਿੱਚ ਪੰਜਾਬ ਵਿੱਚ ਖਾਸ ਤੌਰ ਤੇ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਵੋਟਾਂਵਾਜ਼ੜ ਕੇ ਹਿੱਸਾ ਲਿਆ। ਸੋ ਦੋਸਤੋ ਇਸ ਹਨ ਅੱਜ ਦੀਆਂ ਤਾਜ਼ਾ ਖਬਰਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਅਗਲੇ ਤਾਜ਼ਾ ਬੁਲੇਟਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ।